हेलो, हाँ जी, सत श्री अकाल जी सारिया नूं। की हाल है? हफ्ते सारे ठीक होंगे। तो अज आप कर लगे हाँ क्विज नंबर 699। 688 अपने हो गए सीगे। तो वीडियो देखने तो पहला लाइक कर दिओ, शेयर कर दिओ, कमेंट कर दिओ, एंड प्लीज़ वीडियो की क्वालिटी नूं जरूर हाई कर लिया करो, ठीक है। मैनू मैसेज कई आते रहते कि जो क्वालिटी आ ब्लर आ रहे हैं फोन से ही होनी हाई, ठीक है। क्वालिटी नूं प्लीज़ हाई करके फिर ही वीडियो देखो, अदरवाइज़ देखने का कोई फायदा नहीं है। हाँ जी, इहदा फर्स्ट पार्ट आपां कर लिया सी कल, एंड इहदा उसदा ही हुण दूसरा पार्ट आ कि जदों आपां गड्डी चों नीचे उतरना तो आपां नूं किहड़ियां गल्लां दा ध्यान रखना पैणा जदों आपां सड़क ते गड्डी रोकनी आ, ठीक है। तो चलो हुण आपां चलते हाँ फर्स्ट मंदे ते। ਕੁਆਂਦੋ ਸੀ ਆਪਾਂ ਉਹਨੇ ਲਾ ਪਹਿਲੇ ਪੋਰਤੇ ਦੀ ਉਨ ਵਿਕਲੋ ਮਿਜ਼ੋਨੀਆ ਅਸੀਂ ਕੁਰਾਰ ਸੀ ਕੇ ਜੀ ਨੋਨ ਕੋਸਟੀਟਿਊਸ ਕਾ ਪੈਰੀਕੋਲੋ ਇੰਤਲਾਚੋ ਪਹਿਲੀ ਅਲਤਰੀ ਉਦੰਤੀ ਦਾ ਲਸਤਰਾ ਦਾ। ਜਦੋਂ ਆਪਾਂ ਉਹਨੇ ਖੋਲਦੇ ਪਏ ਹਾਂ ਪੋਰਤੇ, ਖਿੜਕੀ, ਦਰਵਾਜ਼ੇ, ਗੱਡੀ ਦੇ, ਮਿਜ਼ੋਨੀਆ ਜ਼ਰੂਰੀ ਹੈ ਕਿ ਅਸੀਂ ਕੁਰਾਰ ਸੀ। ਸ਼ਿਓਰ ਹੋ ਜਾਓ ਤੁਸੀਂ ਕਿ ਨੋਨ ਨਾ ਕੋਸਟੀਟਿਊਜ਼ਾ ਕਾ ਕਿ ਨਾ ਪੈਦਾ ਹੋਵੇ ਖਤਰਾ ਜਾਂ ਰੁਕਾਵਟ ਹੋਰ ਜਿਹੜੇ ਅਲਤਰੀ ਉਤੈਂਤੀ ਆ, ਹੋਰ ਜਿਹੜੇ ਯੂਜ਼ਰ ਆ ਉੱਥੇ, ਉਹਨਾਂ ਨੂੰ ਕੋਈ ਖਤਰਾ ਜਾਂ ਰੁਕਾਵਟ ਪੈਦਾ ਨਾ ਹੋ ਜਾਵੇ। ਆਪਾਂ ਨੂੰ ਸ਼ਿਓਰ ਹੋਣਾ ਪੈਣਾ ਆ ਖਿੜਕੀ ਖੋਲ੍ਹਣ ਤੋਂ ਪਹਿਲਾਂ ਵੇਰੋਂ। ਦੂਸਰੇ ਨੰਬਰ ਦੀ ਤਿਆਰ ਜੋ ਪ੍ਰੀਮਾ ਦੀ ਆਪਰੀ ਰਿਸਪੋਤੈਲੋਨ ਵਿਕਲੋ ਲਾਤੋਰੀ ਵੋਲ ਤੋਂ ਵੈਰ ਸੀ ਚੇਂਤਰੋ ਦਾ ਲਸਤਰਾ ਦਾ ਬਿਜ਼ੋਨੀਆ ਅਸੀਂ ਕੁਰਾਰ ਸੀ ਨੋਨ ਸੋਪਰਾ ਜ਼ੁੰਗਨੋ ਅਲਤਰੀ ਵਿਕਲੀ। ਪ੍ਰੀਮਾ ਪਹਿਲਾਂ ਆਪਰੀ ਰੇ ਖੋਲ੍ਹਣ ਤੋਂ ਸਪੋਤੈਲੋ ਦਰਵਾਜ਼ਾ ਗੱਡੀ ਦਾ, ਸਪੋਤੈਲੋ ਵੀ ਖਿੜਕੀ ਹੁੰਦੀ ਦਰਵਾਜ਼ਾ, ਠੀਕ ਆ, ਪੋਰਤਾ ਗੱਡੀ ਦਾ। ਲਾਤੋ ਸਾਈਡ ਰਿਵੋਲ ਤੋਂ ਵੈਰਸੋ ਚੇਂਤਰੋ ਦਾ ਲਾ ਸਤਰਾ ਦਾ ਸੈਂਟਰ, ਚੇਂਤਰੋ ਮੀਨਸ ਸੈਂਟਰ, ਸੜਕ ਦੇ ਸੈਂਟਰ ਵੱਲ ਦਾ ਜਿਹੜਾ ਦਰਵਾਜ਼ਾ, ਮੀਨਸ ਕਿ ਤੁਸੀਂ ਗੱਡੀ ਖੜ੍ਹੀ ਕਰ ਲਈ ਆ ਹੁਣ, ਠੀਕ ਆ, ਅਤੇ ਜਿਹੜਾ ਦਰਵਾਜ਼ਾ ਆ ਉਹ ਸੜਕ ਦੇ ਜਿੱਦਾਂ ਸੈਂਟਰ ਜਿਹਦੇ ਖੁੱਲ੍ਹਣਾ ਆ। ਹੁਣ ਤੁਸੀਂ ਸੜਕ ਦੇ ਇੱਕ ਸਾਈਡ 'ਤੇ ਗੱਡੀ ਖੜ੍ਹੀ ਕਰ ਲਈ ਆ, ਹੈ ਨਾ, ਬਟ ਜਦੋਂ ਤੁਸੀਂ ਹੁਣ ਉਤਰਨ ਲੱਗੇ ਆ ਉਹਦਾ ਜਿਹੜਾ ਦਰਵਾਜ਼ਾ ਸੜਕ ਦੇ ਸੈਂਟਰ ਵੱਲ ਨੂੰ ਆ ਰਿਹਾ, ਠੀਕ ਆ। ਬਿਜ਼ੋਨੀਆ ਜ਼ਰੂਰੀ ਹੈ ਕਿ ਅਸੀਂ ਕੁਰਾਰ ਸੀ ਸ਼ੋਰ ਹੋ ਜਾਓ ਕਿ ਨਾ ਕੋਈ ਆਉਂਦੀ ਹੋਵੇ ਗੱਡੀ ਵੇਰੋਂ। ਇਹ ਤਾਂ ਕੋਮਨ ਸੈਂਸ ਦੀ ਗੱਲ ਆ, ਸਾਰਿਆਂ ਨੂੰ ਪਤਾ ਹੀ ਹੋਣੀ ਆ ਕਿ ਜਦੋਂ ਵੀ ਆਪਾਂ ਗੱਡੀ ਵਿੱਚ ਬੈਠੇ ਹਾਂ, ਜਦੋਂ ਆਪਾਂ ਗੱਡੀ ਨੂੰ ਰੋਕ ਕੇ ਬਾਹਰ ਨਿਕਲਣਾ ਆ, ਭਾਵੇਂ ਡਰਾਈਵਰ ਵਾਲੀ ਸੀਟ ਆ, ਭਾਵੇਂ ਪਿਛਲੀ ਸੀਟ ਆ, ਹੈ ਨਾ, ਜਿੰਨੇ ਵੀ ਬਾਹਰ ਨਿਕਲਣਾ ਹੈ ਉਹਨੇ ਪਹਿਲਾਂ ਦੇਖਣਾ ਕਿ ਕੋਈ ਪਿੱਛੋਂ ਆ ਤਾਂ ਨਹੀਂ ਰਿਹਾ, ਕੋਈ ਤੇਜ਼ ਗੱਡੀ ਤਾਂ ਨਹੀਂ ਆ ਰਹੀ, ਦੇਖ ਕੇ ਫੇਰ ਹੀ ਖੋਲ੍ਹਣਾ ਪੈਂਦਾ, ਠੀਕ ਆ। ਹਾਂਜੀ, ਤੀਸਰੇ ਨੰਬਰ ਦੀ ਤਿਆਰ ਜੋ ਪ੍ਰੇਮਾ ਦੀ ਆਪਰੀ ਰਿਸਪੋਤੈਲੋ ਵਿਕਲੀ ਲਾਤੋਰੀ ਵੋਲ ਤੋਂ ਵੈਰਸੋ ਮਰਚਾ ਪੀਏ ਦੀ ਬਿਜ਼ੋਨੀਆ ਸੀ ਕੁਰਾਰ ਸੀ ਨੋਨ ਸੋਪਰਾ ਜ਼ੁੰਗ ਨੋ ਪੈਦੋਨੀ। ਪਹਿਲਾਂ ਪ੍ਰੀਰੇ ਖੋਲ੍ਹਣ ਤੋਂ ਖਿੜਕੀ ਦਰ ਗੱਡੀ ਦੀ, ਲਾਤੋ ਸਾਈਡ ਮਾਰਚਾ ਪੇ ਦੀ। ਹੁਣ ਇਹਦਾ ਪਹਿਲਾਂ ਸੀਗਾ ਸੜਕ ਦੇ ਸੈਂਟਰ ਵੱਲ ਨੂੰ ਖੁੱਲ੍ਹਣਾ ਸੀ ਦਰਵਾਜ਼ਾ, ਹੁਣ ਗੱਡੀ ਦਾ ਦਰਵਾਜ਼ਾ ਮਾਰਚਾ ਪੇ ਦੀ ਵੱਲ ਨੂੰ ਖੁੱਲ੍ਹਣਾ ਆ। ਅਤੇ ਬਿਜ਼ੋਨੀਆ ਜ਼ਰੂਰੀ ਆ ਕਿ ਸ਼ਿਓਰ ਹੋ ਜਾਓ ਨਾ ਕੋਈ ਆਉਂਦੇ ਹੋਵੇ ਪੈਦੋਨੀ ਪੈਦਲ ਵਾਲਾ ਵੇਰੋਂ। ਹਾਂਜੀ, ਫੋਰਥ ਨੰਬਰ ਦੇ ਤਿਆਰ ਜੋ ਕੁਆਂਦ ਸੀ ਸ਼ੈਨ ਦੇ ਵਿਕਲੋ ਬਿਜ਼ੋਨੀਆ ਸੀ ਕੁਰਾਰ ਸੀ ਜੀ ਅਨੋਨ ਕੋਸਟੀਟਿਊਸਕਾ ਟਿਊਸਕਾ ਪੈਰੀਕੋਲੋ ਇੰਤਲਾਚੋ ਪੈਰਲ ਤ੍ਰਿਉਤੰਤੀ ਦੇ ਇਸ ਤਰ੍ਹਾਂ ਦਾ। ਜਦੋਂ ਸ਼ੈਂਦੀ ਉੱਤਰਦੇ ਪਏ ਗੱਡੀ 'ਚੋਂ ਜ਼ਰੂਰੀ ਹੈ ਕਿ ਅਸੀਂ ਕੁਰਾਰ ਸੀ ਸ਼ੋਰ ਹੋ ਜਾਓ ਕਿ ਨੋ ਨਾ ਕੋਸਟੀਟਿਊਸਕਾ ਪੈਦਾ ਹੋਵੇ ਖਤਰਾ ਜਾਂ ਰੁਕਾਵਟ ਹੋਰ ਜਿਹੜੀ ਸੜਕ 'ਤੇ ਆ ਵੇਰੋਂ। ਨੈਕਸਟ ਆ ਜੋ ਫਿਫਥ ਨੰਬਰ ਤੇ, ਅਲੋਰ ਕੇ ਕੀ ਅਸੀਂ ਗੇ ਸ਼ੇਂਦਰੇ ਦਾ ਲਾਤੋ ਵੀਕਲੀ ਇਲਗੋਂਦੋ ਜੰਤੇ ਦੇਵੀ ਅਸੀਂ ਕੁਰਾਰ ਸੀ ਅੰਕੇ ਮਿਦਿਆਨ ਤੇਜ਼ ਪੈਕੇ ਤੋਰੇ ਤਰੋਵੀਜ਼ੋਰੇ ਨੋਨ ਸੋਪਰਾ ਜ਼ੁੰਗ ਨੋ ਅਲਤਰੀ ਵੀਕਲੀ। ਸ਼ੇਂਦਰੇ ਜਦੋਂ ਗੱਡੀ ਵਿੱਚੋਂ ਆਪਾਂ ਨਿਕਲਣ ਲੱਗੇ ਹਾਂ, ਉਤਰਨ ਲੱਗੇ ਹਾਂ ਬਾਹਰ, ਕੋਂਦੋ ਜੈਂਤੇ ਜਿਹੜਾ ਡਰਾਈਵਰ ਹੈ ਅਸੀਂ ਕੁਰਾਰ ਸੀ ਸ਼ਿਓਰ ਹੋ ਜਾਵੇ ਕਿ ਮਿਦਿਆਨ ਤੇਜ਼ ਪੈਕੇ ਉੱਤੋਂ ਰੇਤਰੋਵੀਜ਼ੋਰੇ ਜਿਹੜੇ ਸਪੈਕੇ ਉੱਤੋਂ ਜਿਹੜੇ ਸ਼ੀਸ਼ੇ ਲੱਗੇ ਹੋਏ ਆ ਰੇਤਰੋਵੀਜ਼ੋਰੇ ਵਾਲੇ ਆ, ਪਿੱਛੇ ਦੇਖਣ ਵਾਲੇ ਜਿਹੜੇ ਸ਼ੀਸ਼ੇ ਲੱਗੇ ਹੋਏ ਆ, ਕਹਿੰਦੇ ਸ਼ਿਓਰ ਹੋ ਜਾਵੇ ਉਹਦੇ ਵਿੱਚ ਦੇਖ ਲਵੇ, ਮੀਨਸ ਉਹ ਸ਼ੀਸ਼ਿਆਂ ਵਿੱਚ ਦੇਖ ਲਵੇ ਅਤੇ ਸ਼ਿਓਰ ਹੋ ਜਾਵੇ ਕਿ ਨੋਨ ਨਹੀਂ ਕੋਈ ਆ ਰਹੀ ਸੋਪਰਾ ਜ਼ੁੰਗ ਨੂੰ ਅਲਤਰੀ ਵਿਕਲੀ ਕੋਈ ਗੱਡੀ ਤਾਂ ਨਹੀਂ ਆ ਰਹੀ ਵੇਰੋਂ, ਠੀਕ ਆ। ਪਹਿਲੇ ਪੰਜ ਨੰਬਰ ਦੇ ਸੇਮ ਹੀ ਆ, ਕੋਈ ਫਰਕ ਨਹੀਂ ਹੈਗਾ, ਉਹਨਾਂ ਨੇ ਬਸ ਐਵੇਂ ਘੁਮਾ ਫਿਰਾ ਕੇ ਦੇ ਦਿੱਤੇ ਆ। ਪਹਿਲੇ ਵਿੱਚ ਵੀ ਲਿਖਤਾ ਕੋਈ ਗੱਡੀ ਆ ਨਹੀਂ ਰਹੀ ਸ਼ਿਓਰ ਹੋ ਜਾਓ, ਦੂਜੇ 'ਚ ਵੀ ਲਿਖਤਾ ਸ਼ਿਓਰ ਹੋ ਜਾਓ ਕੋਈ ਗੱਡੀ ਪੈਦਲ ਵਾਲਾ ਨਹੀਂ ਆ ਰਿਹਾ, ਸੋਰੀ ਦੂਸਰੇ 'ਚ ਵੀ ਗੱਡੀ ਆ, ਪਹਿਲੇ 'ਚ ਵੀ ਉਹ ਲਿਖਤਾ ਉਹੀ ਗੱਲ ਸੇਮ ਆ, ਤੀਸਰੇ ਵਿੱਚ ਪੈਦਲ ਵਾਲੇ ਲਿਖਤੇ, ਚੌਥੇ ਵਿੱਚ ਵੀ ਸੇਮ ਹੀ ਦਮਾਉਂਦੇ ਆ, ਪੰਜਵੇਂ ਵਿੱਚ ਵੀ ਸੇਮ ਹੀ ਆ, ਠੀਕ ਆ, ਕੋਈ ਕਨਫਿਊਜ਼ ਨਾ ਹੋਇਓ।
6 mande de adu prima di scendere vehicoli in sosta conducente devi assicurarsi di avere spento il motore. Prima perla scendere uttanto gaddice sosta caranto perla. Inson tu sei gaddi sosta carne sosta carchi uttanto perla. Tu sei conducente jedaya assicurarsi sure hojveki spento il motore. Spento band kitti hoia motor. ਵੀਰੋ ਕਿਉਂਕਿ ਜਦੋਂ ਆਪਾਂ ਸੋਸਤਾ ਲਾਉਣੀ ਆ ਤੇ ਆਪਾਂ ਨੂੰ ਮੋਟਰ ਬੰਦ ਕਰਨੀ ਪੈਣੀ ਆ ਆਪਾਂ ਫੇਰੀ ਗੱਡੀ ਜੋ ਮਾਰ ਨਿਕਲ ਸਕਦੇ ਆ ਠੀਕ ਆ ਅਗਰ ਚਲਦੀ ਰੱਖਾਂਗੇ ਤਾਂ ਆਪਾਂ ਗੱਡੀ ਸੋਸਤਾ ਲਾਈਆ ਆਪਾਂ ਘੰਟੇ ਬਾਅਦ ਆਵਾਂਗੇ 2 ਘੰਟੇ ਬਾਅਦ ਆਵਾਂਗੇ ਗੱਡੀ ਮੋਟਰ ਆਪਾਂ ਚਲਦੀ ਛੱਡ ਹੀ ਨਹੀਂ ਸਕਦੇ ਫਿਰ ਮੱਤੇ ਵਿੱਚ ਚਲਦੀ ਹੁੰਦੀ ਆ ਲੇਕਿਨ ਸੋਸਤੇ ਵਿੱਚ ਆਪਾਂ ਮੋਟਰ ਸਪਿਨ ਤੋਂ ਹੀ ਕਰਨੀ ਹੁੰਦੀ ਆ ਠੀਕ ਆ 7 mande di agio, le apertura una spotello, vicoli lato del marciapiedi, comporta obbligo di attivare indicatore di direzione quello lato, apertura colon, giallo colon, la spotello, dervaggia di acchirchi gadidi, lato, side, marciapiedi, marciapiedi valdi, contadi gadirukia, se tu si apne gada, gadida dervaggia, marciapiedi valno colnaia, tekende obbligo a chi attivare. ਐਕਟਿਵ ਕਰ ਲਓ ਮਤਲਬ ਲਗਾ ਲਓ ਇੰਡੀਕੇਟਰ ਉਸ ਸਾਈਡ ਦਾ ਇੰਡੀਕੇਟਰ ਲਾ ਲਓ ਜਿਸ ਸਾਈਡ ਨੂੰ ਤੁਸੀਂ ਦਰਵਾਜ਼ਾ ਖੋਲਣਾ ਹੈ ਫਾਲਸੋ ਇੰਡੀਕੇਟਰ ਨਹੀਂ ਲਾਉਣਾ ਆਪਾਂ ਕੀ ਕਰਨਾ ਆਪਾਂ ਦੇਖਣਾ ਕਿ ਕੋਈ ਪੈਦਲ ਵਾਲਾ ਆ ਤਾਂ ਨਹੀਂ ਰਿਹਾ ਆਪਾਂ ਬਾਅਦ ਚੋਂ ਦਰਵਾਜ਼ਾ ਖੋਲਣਾ ਹੈ ਠੀਕ ਆ ਇੰਡੀਕੇਟਰ ਮੋੜਾਂ ਦੇ ਲੱਗਦੇ ਹੁੰਦੇ ਆ ਠੀਕ ਆ ਇਦਾਂ ਨਹੀਂ ਲੱਗਦੇ ਇਸ ਲਈ ਹੋ ਜਾਂਦਾ ਫਾਲਸੋ 8 di agio le apertura degli sportelli veicoli del lato rivolto verso centro della strada vietato apertura degli sportelli veicoli gaddi da jada darvaja hai lato side centro strada jada sadak de center wal nu apan jada darvaja kholna gaddi da kindi un darvaja kholan di vietato manahi lagi hoi hai means ke apan gaddi khadi kar liya te sadak wal nu jada center wal nu apan jada darvaja kholna gaddi da ਮਨਾਹੀ ਲੱਗੀ ਹੋਈ ਫਾਲਸੋ ਮਨਾਹੀ ਨਹੀਂ ਲੱਗੀ ਆਪਾਂ ਖੋਲ ਸਕਦੇ ਹਾਂ ਬਸ ਆਪਣੇ ਦੇ ਕੀ ਉਮਲੀਗੋ ਕਿ ਆਪਾਂ ਦੇਖਣਾ ਕਿ ਕੋਈ ਆ ਤਾਂ ਨਹੀਂ ਰਿਹਾ ਠੀਕ ਆ ਬਾਕੀ ਆਪਾਂ ਅੰਦਰ ਨੂੰ ਸੈਂਟਰ ਵੱਲ ਵੀ ਖੋਲ ਸਕਦੇ ਹਾਂ ਖਿੜਕੀ ਦਾ ਦਰਵਾਜ਼ਾ ਸੌਰੀ ਗੱਡੀ ਦਾ ਨੈਕਸਟ ਆ ਜੋ 9ਵੇਂ ਦੇ ਮੰਦੇ ਤੇ ਇਲ ਗੋਂਦੋ ਜਾਂਦੇ ਪੋਈ ਲਸ਼ਾਰੀ ਵੀਕਲੀ ਨੂੰ ਸੋਚਦਾ ਕੋਨ ਮਤੋਰੀ ਚੈਸੋ ਕੋਨ ਸੰਤੀਰੇ ਫੰਕਸ਼ਨਮੈਂਟੋ ਆਰੀਆ ਕੰਡੀਸ਼ਨਾਤਾ ਡਰਾਈਵਰ ਕਹਿੰਦੇ ਲਸ਼ਾਰੀ ਛੱਡ ਸਕਦਾ ਗੱਡੀ ਸੋਚਦੇ ਵਿੱਚ ਜਦੋਂ ਮਤਲਬ ਸੌਰੀ ਜਦੋਂ ਨਹੀਂ ਸੋਚਦੇ ਵਿੱਚ ਆਪਣੀ ਗੱਡੀ ਛੱਡਣੀ ਆ ਉਹਦੀ ਜਿਹੜੀ ਮਤੋਰੀ ਆ ਚੈਸੋ ਕਿੰਨੇ ਉਹਨੂੰ ਇਸ ਮਤਲਬ ਆਪਣੀ ਜਿਹੜੀ ਮੋਟਰ ਆ ਉਹਨੂੰ ਚੱਲਦੀ ਛੱਡ ਸਕਦਾ ਆ ਇਜਾਜ਼ਤ ਆ ਫੰਕਸ਼ਨਮੈਂਟੋ ਆਰੀਆ ਕੰਡੀਸ਼ਨਾਤਾ ਤਾਂ ਕਿ ਜਿਹੜਾ ਏਅਰ ਕੰਡੀਸ਼ਨਰ ਹੁੰਦਾ ਜਦੋਂ ਏਸੀ ਵਗੈਰਾ ਹੁੰਦਾ ਹੈ ਨਾ ਉਹ ਫੰਕਸ਼ਨ ਕਰਦਾ ਰਹੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਗੱਡੀ ਸੋਸਤੇ ਵਿੱਚ ਜਦੋਂ ਲਾਉਣੀ ਹੈ ਆਪਣੀ ਮੋਟਰ ਨੂੰ ਚੱਲਦਾ ਛੱਡ ਦਿਓ ਤਾਂ ਜਿਹੜਾ ਤੁਹਾਡਾ ਆਰੀਆ ਵਾਲਾ ਆ ਜਿਹੜਾ ਤੁਹਾਡਾ ਏਅਰ ਕੰਡੀਸ਼ਨਰ ਹੋ ਗਿਆ ਗੱਡੀ 'ਚ ਲੱਗਾ ਉਹ ਫੰਕਸ਼ਨ ਕਰਦਾ ਰਹੇ ਫਾਲਸੋ ਆਪਾਂ ਉੱਪਰ ਕੀ ਪੜਿਆ ਆ ਕਿ ਆਪਾਂ ਜਿਹੜੀ ਸੋਸਤਾ ਕਰਨੀ ਜਦੋਂ ਗੱਡੀ ਆਪਾਂ ਨੂੰ ਜਿਹੜੀ ਮੋਟਰ ਆ ਉਹਨੂੰ ਬੰਦ ਕਰਕੇ ਫਿਰ ਨਿਕਲੋ ਬਾਹਰ ਗੱਡੀ 'ਚੋਂ ਠੀਕ ਆ ਆਪਾਂ ਮੋਟਰ ਨਹੀਂ ਚੱਲਦੀ ਛੱਡ ਸਕਦੇ ਇਸ ਲਈ ਹੋ ਜਾਂਦਾ ਫਾਲਸੋ 10ਵੇਂ ਮੰਦੇ ਦੇ ਅਜੋ ਪ੍ਰੀਮਾ ਦੀ ਸ਼ੇਂਦਰੇ ਵੀਕੋਲਿਨ ਸੋਸਤਾ ਕੌਂਦੋ ਜੈਂਤੀ ਦੇਵੀ ਅਸੀਂ ਉਹਨਾਂ ਦੇ ਫਰੇਨੋ ਆ ਮਾਨੋ ਦਲ ਵੀਕਲੋ ਸੋ ਤੂੰ ਤੇਲ ਸਤਰਾ ਦੇ ਡਿਸ਼ੇਜ਼ ਆ ਮਾਨੋ ਨੂੰ ਕੋਲ ਚਲੀਤਾ ਪ੍ਰੀਮਾ ਪਹਿਲਾਂ ਉਤਰਨ ਤੋਂ ਗੱਡੀ ਦੀ ਸੋਸਤਾ ਵਿੱਚੋਂ ਕੌਂਦੋ ਜੈਂਤੀ ਜਿਹੜਾ ਆ ਡਰਾਈਵਰ ਆ ਅਸੀਂ ਉਹਨਾਂ ਦੇ ਇਨ ਫਰੇਨੋ ਆ ਮਾਨੋ ਮਤਲਬ ਉਹ ਯੂਜ਼ ਕਰੇ ਵਰਤੇ ਫਰੇਨੋ ਮਾਨੋ ਜਿਹੜੀ ਹੈਂਡ ਬ੍ਰੇਕ ਹੁੰਦੀ ਆ ਉਹਦੀ ਵਰਤੋਂ ਕਰੇ ਗੱਡੀ ਦੀ ਤੂੰ ਤੇਲ ਸਤਰਾ ਦਾ ਸਾਰੀਆਂ ਸੜਕਾਂ 'ਤੇ ਜਿਹੜੀਆਂ ਡਿਸ਼ੇਜ਼ ਆ ਜਿਹੜੀਆਂ ਨੀਚੇ ਨੂੰ ਜਾ ਰਹੀਆਂ ਠੀਕ ਆ ਬਟ ਕਹਿੰਦੇ ਨਾ ਨਾ ਵਰਤੋਂ ਕਰੇ ਸਲੀਤਾ 'ਤੇ ਮਿਕਸ ਚੜ੍ਹਾਈ 'ਤੇ ਕਹਿੰਦੇ ਨਾ ਵਰਤੋਂ ਕਰੇ ਹੈਂਡ ਬ੍ਰੇਕ ਦੀ ਫਾਲਸੋ ਜੇ ਆਪਾਂ ਗੱਡੀ ਸੋਸਤਾ ਲਾਉਣ ਲੱਗੇ ਹਾਂ ਠੀਕ ਆ ਸੋਸਤਾ ਲਾਉਣ ਲੱਗੇ ਹਾਂ ਅਤੇ ਜੇ ਫਰੇਨੋ ਮਾਨੋ ਹੈਂਡ ਬ੍ਰੇਕ ਦੀ ਆਪਾਂ ਵਰਤੋਂ ਜੇ ਡਿਸ਼ੇਜ਼ਾ 'ਤੇ ਕਰਨੀ ਆ ਤਾਂ ਉਹ ਸਲੀਤਾ 'ਤੇ ਵੀ ਆਪਾਂ ਕਰਨੀ ਆ ਠੀਕ ਆ ਜ਼ਰੂਰੀ ਨਹੀਂ ਕਿ ਉਹਨੂੰ ਡਿਸ਼ੇਜ਼ਾ 'ਤੇ ਕਰੋ ਸਲੀਤਾ 'ਤੇ ਵੀ ਯੂਜ਼ ਹੁੰਦੀ ਆ ਹੈਂਡ ਬ੍ਰੇਕ ਨੋਨ ਕਰਕੇ ਫੁੱਦਮਾਦਾ ਹੋ ਗਿਆ ਫਾਲਸੋ ਨੈਕਸਟ ਆ ਜੋ 690 'ਤੇ 690 ਵਿੱਚ ਹੈਗਾ ਆ ਪੋਜੀਸ਼ਨਾਮੈਂਟੋ ਦਲ ਵੀਕਲ ਇਨ ਕਾਸੋ ਦੀ ਸੋਸਤਾ ਪੋਜੀਸ਼ਨ ਆਪਾਂ ਪਹਿਲੀ ਪੋਜੀਸ਼ਨ ਪੜ੍ਹੀ ਸੀ ਫਿਰ ਮਾਤੇ ਦੀ ਠੀਕ ਆ ਹੁਣ ਆਪਾਂ ਪੜ੍ਹਨੀ ਆ ਪੋਜੀਸ਼ਨ ਉਹਦੀ ਸੋਸਤੇ ਦੀ ਉਹਦੀਆਂ ਯਾਦ ਰੱਖਿਓ ਫਿਰ ਮਾਤੇ ਵਿੱਚ ਕੀ ਕੰਡੀਸ਼ਨ ਆ ਅਤੇ ਹੁਣ ਆਪਾਂ ਇਹਦੀਆਂ ਪੜ੍ਹਦੇ ਹਾਂ ਹਾਂਜੀ ਫਸਟ ਮੰਦੇ 'ਤੇ ਆ ਜਾਓ
Salvo diversas segnalazioni conducenti a caso di sosta, centri abitati deve collocare i veicoli più vicino possibile margine destra della carreggiata parallelamente ad esso secondo il senso di marcia perché esista il marciapiedi rialzato. Diana di più. Salvo diverse segnalazioni अलग किस्म का सिग्नल नहीं तो होएगा उत्थे केंद्र ड्राइवर कंडोजेंटे जड़ा आ कासो की सुस्ता चंत्री बिताती मतलब शहर के अंदर जे उन्हें सुस्ता करना आ देवी कोलो कारी खड़ी करनी पैनी गड्डी विकोली प्यो विचिनो जीना नेड़े हो सके मार्जिने किनारे सज्जे वल करे जाता दे पाले पाले लमेंटे पैरलर एसो ए सेगोंडो इल सेंसो दी मार्चा मतलब ये कि पैरलर खड़ी होनी चाहिए आ कि हुण तुसी देख लो मार्चा भेदी आ ठीक है उहदे नाल तुसी गड्डी खड़ी कीती आ ठीक है कहिंदे कि जिहड़ी बाकियां गड्डियां आ उहनां दे मतलब पैरलर खड़ी होनी चाहिए मतलब कि जे बाकी गड्डियां आवाजाई कर रही है ना वह जिस डायरैक्शन वल नूं आवाजाई कर रही आ उस डायरैक्शन वल नूं ही गड्डी तुहाडी खड़ी होवे ठीक है बिकॉज तुसी देख लो जे तुहाडियां गड्डियां सामने नू जा रही हैं उधर तुहाडा मूँह होना चाहिए गड्डी वल है ना अगर तुसी उल्टी साइड मूँह करता है ना तो तुसी जे गड्डी नू हुण दुबारा चलाउणा आ ते तुहाडे लई डिफिकल्टी हो जाणी गड्डी नू मोड़ना तुहानू दस दिंदी हाँ की कहना चाहुंदी हाँ मैं हाँ जी हुण समझो सॉरी मेरी ड्रॉइंग इदां दी आ समझो मार्चा पेदी हो गया ठीक है मार्चा पेदी हो गया ठीक है उठा हुआ मार्चा पेदी आ हुण इत्थे तुसी समझो लगाई आ गड्डी ठीक है आ वालियां गड्डियां इधर नू जा रही अपनी आवाजाई कर रही हैं ठीक है वह कहिंदी कि जिहड़ी तुसी गड्डी लगाई आ उहदा मूँह इधर नू ही होना चाहिए आ ठीक है क्योंकि हुण क्यों होना चाहिए तुहाडे लई आसानी आ क्योंकि जो तुसी गड्डी विच आण के बैठना तुसी अपनी गड्डी नू चलाउणा तुसी आसानी नाल इधर देखना कोई आता नहीं रहा अपनी गड्डी नू कढ के लैके जा सकदे आ है ना अगर तुहाडी गड्डी दा मूँह इधर नू होवे है ना फिर सोचो तुहाडे लई किन्नी डिफिकल्टी आ तुसी पहलां समझो सड़क दी लारगैसा भी नहीं इन्नी हैगी है ना करे जाता तुहाडे लई किन्ना औखा आ पहलां तुसी इधर नू मुड़ोंगे गड्डियां देखोगे फिर इधर नू मुड़ोंगे किन्ना तुहाडे लई डिफिकल्ट है इसलिए वह कहिंदे कि जिधर नू गड्डियां दी डायरैक्शन है तुहाडी डायरैक्शन भी इधर नू ही होनी चाहिए आ ठीक है हाँ जी पिरके पर कहिंदे मार्चा पेदी जिहड़ा है रियालजा तू मीनस उठ्या होया होवे ठीक है फरमाते विच भी यही कंडीशन सी सोचते विच भी यही कंडीशन आ याद अपने दिमाग से गल्ला बैठा लो जदों मार्चा पेदी उठ्या होया आ उदों तुसी गड्डी खड़ी करनी आ प्यू विचीने दस्तरा ठीक है जिन्ना नेड़े हो सके सज्जे वल नूं गड्डी खड़ी करनी क्योंकि मार्चा पेदी उठ्या होया आ आपां मार्चा पेदी दे उपर गड्डी नहीं चढ़ा सकते मार्चा पेदी उठ्या होया आ ठीक है उत्थे साडी की ड्यूटी बनती कि मार्चा पेदी दे बिल्कुल नाल गड्डी ला दो सज्जे हाथ नूं प्यू विचीनो ठीक है जिन्ना नेड़े हो सके बट जिथे मार्चा पेदी नहीं उठ्या बिल्कुल प्लेन आ उत्थे तुसी गड्डी ला सकते मार्चा पेदी ते बट उत्थे की शर्त आ कि जिहड़ा डिस्टेंस आ जिहड़ा मीटर आ एक मीटर तो मतलब इन्ना कि इन्ना कि तुसी रखना आ जगह ताकि जिहड़े पैदल वाले आसानी नाल साइड तो निकल जाण ठीक है दो गल्लां दिमाग च बिठा लियो कन्फ्यूज ना होयो नैक्सट आज दूसरे जमाने से इन कासो की सोचता होवे नून एज इसका मार्चा पेदी रियालसा तो कौन दूजे दे वेल अशारी उन स्पासियो नॉन इनफ्रियोरी उन मित्रो ए त्रांसितो दे पैदोनी जे सोचता करना पवे नून एज इसका नहीं मार्चा पेदी उठ्या होया हुण इत्थे मार्चा पेदी उठ्या होया नहीं हैगा ठीक है फिर इत्थे तुसी की करोगे कि जिहड़ा ड्राइवर है लाशारी उहनूं छड्डनी पैणी आ स्पासियो स्पेस नॉन ना घट होवे उन मित्रो एक मीटर तो ट्रांसिट तो जिहड़े ट्रांसिट करन वाले आ पैदल वाले ठीक है मतलब कि गड्डी तुसी इस हिसाब नाल खड़ी करनी आ कि जिहड़ी उत्थे स्पेस आ वह एक मीटर तो घट ना होवे
ठीक है, मतलब कि तुसी वध तो वध एक मीटर रखना ही रखना स्पेस आ, एक मीटर तो घट ना हो, एक मीटर तक स्पेस तुसी रखना ही रखना ताकि पैदल वाले लंघ सकन। अगर तुसी पूरा मार्जा पे दी घेर लोगे तो फिर पैदल वाले लिए जगह नहीं मिलनी। ठीक है, नैक्सट आ जाओ हूँ तुसी तीसरे नंबर ते, फोरी दी चंद्रिया बिताती कौन दो जानते कि दिवे सस्तारी ओब्लिगो दी कोलोकारी वीकली भी पॉसिबल है फोरी दाला जानकारी जाता। फोरी जंत्रिया बिताती मतलब शहर के बाहर की गल हो रही है, हूँ कौन दो जयंत जोड़ा आ भावें शहर के अंदर है भावें बहर आ, रूल इन्हों के सेम ही आ। ठीक है, सोस्ता तो फिर माता देवे सस्तारे गड्डी खड़ी कर करे वह ओब्लिगो आ कोलोकारे वीकलो जरूरी आ कि गड्डी खड़ी करे सस्तारे वह भी पॉसिबल है जो पॉसिबल हैगा या फुरी दैला करी जाता दे बाहर जो पॉसिबल हैगा तो फिर वह बार गड्डी खड़ी करे वेरो। ठीक है, चौथे दे आ जाओ फुरी दंत्री बताती कौन दो जानते देवे सस्तारी ओब्लिगो दी कोलोकारी वीकली फुरी दैला करी जाता मानो सोली पिस्ता चिकलाबले सेम ही तो मानते फिर माते वाले आई जा रहे हैं। ठीक है, शहर के बाहर कौन दो जानते जोड़ा आ देवी सस्तारे सस्तारे करना पैना ओब्लिगो जरूरी है कोलोकारे गड्डी खड़ी करन दी फोरी दैला करी जाता दे बाहर पर कहते नोन ना हो सूले उत्थे पिस्ता चिकला बिले सैकल वाले का राह ना हो करी जाता दे बाहर भी गड्डी खड़ी कर सकता है वेरू। फोरी दी चंद्री बताती कौन दो जानते देवे कोलोकारे वीकली सोचता फोरी दैला करी जाता नून सूले बंकी ने सेम ही दवादा आ, इतने बस बंकी ने लिखता कहते कि शहर के बाहर ड्राइवर देवे कोलोकारे गड्डी खड़ी करनी पैनी उन्होंने वीकली सोस्ता विच फोरी दैला करी जाता दे बाहर भी वह सोस्ता ला सकता है बट कहते नोन ना हो उत्थे बंकी ने बंकी इन्ना नहीं होना चाहिए जो सड़क की साइड से जगह होंगी है मार्चा पेदी के नाल वाली जिथे घा वगैरह होंगे ना केंद्र वो ना हो। ठीक है, नहीं तो फिर केंद्र कोई सेना लगा होगा वेरो। छेवीं ते आ जाओ फोरी दी चंत्री है बिताती कासो दी इंपोसिबिलिता कोलोकारी वीकली फोरी दैला करी जाता कौन दो जानते देवे सस्तारे पियो विच इंपोसिबल है मार जाते मार्जी ने दस तरह दैला करी जाता। शहर के बाहर कासो दी जे इंपोसिबल आ मतलब पॉसीबल नहीं हैगा नहीं आप कर सकते खड़ी गड्डी करी जाता दे बाहर उदा पिछले दमांदे च लिखा कि आप करी जाता दे बाहर गड्डी खड़ी कर सकते हैं बट कहते जो पॉसीबल है ही नहीं इंपोसीबल है जे बाहर खड़ी करना गड्डी तो जोड़ा कौन दो जानते हैं सस्तारे सोस्ता कर सकता है पीओ भी चिन्हों जिन्ना नेड़े हो सके मर्जी ने दस तरह वाल करी जाता दे वेरो। फिर माते विच भी यही रूल सीगा। सत्तवें त्याजो इन कासो की सोस्ता चेंद्रो बिता तो कौन दो जानते देवे कोलो कारे वीकली पीओ भी चिन्हों पॉसीबल है मर्जी ने दस तरह दैला करी जाता अंकि दो विनों ने जिसका मर्चा पे दी रियाल सा तो किसी का जे सोस्ता करना पवे चेंद्रो बिता तो मतलब शहर के अंदर कौन दो जानते जो ड्राइवर है कोलोकारे खड़ी कर सकता गड्डी पीओ भी चिन्हों जिन्ना नेड़े हो सकता दस तरह वालू करी जाता दे सज्जे वालू कहते गड्डी खड़ी कर सकता भावें कहते नोना उठा हो मर्चा पे दी रियालसा तो उठा हुआ मर्चा पे दी ध्यान दवो इतने वाले दमांदे ते कहते कि मर्चा पे दी जे नहीं उठा उत्थे कहते तुसी पियो विचिनो मर्जी ने दस तरह वाल गड्डी खड़ी कर सकते हैं जिथे मर्चा पे दी उठा आ उत्थे दस तरह वाल खड़ी करो पियो विचिनो दस तरह बट जिथे मर्चा पे दी नहीं उठा हुआ उत्थे ताड़ा की रूल बनता आ कि तुसी स्पेस छड़नी आ जिहड़ी घट्टो घट एक मीटर तक हो एक मीटर तो घट ना हो। ठीक है, बट हुण इन्हां ने इत्थे कहता कि मर्चा पे दी भी नहीं उठा तो तुसी दस तरह वालों ला दो फालसू आ जे तुसी पूरी गड्डी दस तरह वालों लाती पैदल वाले की जगह ही नहीं बचनी इसलिए हो जाता फालसू। नैक्सट आ जाओ अठवें दे फोरी की चंत्री बताती कौन दो जानते कसो की सोस्ता देवे कोलो कारी वीकली फोरी दैला करी जाता वेंतु वाले मेहनत आके सोला पिस्ता चिकला मिले फालसो। फिर माते च भी आया सी सेम द मंदा सेम इत्थे आ कहिंदे कि शहर के बाहर जिहड़ा ड्राइवर आ जे सोस्ता लैंदा उन्हें गड्डी खड़ी कर सकता फोरी दैला करी जाता दे बाहर भी गड्डी खड़ी करी वह कर सकता आ आंके भावें कहते उत्थे पिस्ता चिकला पिले हैगा आ फालसो। नौवीं ते आ जाओ फोरी दैला करे जंत्री बिताती कसो की इंपोसीबिलता कोलो करे वीकली फोरी दैला करी जाता कौन दो जंत्री नौंदे मेरे फतवारे ला सोचता शहर के बाहर क
ਸੋ ਦੀ ਇੰਪੋਸੀਬਲ ਤਾਂ ਜੇ ਇੰਪੋਸੀਬਲ ਆ ਮਤਲਬ ਨਹੀਂ ਹੋ ਸਕਦਾ ਜੇ ਗੱਡੀ ਖੜੀ ਕਰਨੀ ਕੋਲੋ ਕਰੇ ਖੜੀ ਕਰਨੀ ਵੀ ਕੋਲੇ ਗੱਡੀ ਪੂਰੀ ਤਰ੍ਹਾਂ ਲੱਕੜੀ ਜਾਤਾ ਕਰੀ ਜਾਤਾ ਦੇ ਬਾਹਰ ਅਤੇ ਕਹਿੰਦੇ ਜਿਹੜਾ ਡਰਾਈਵਰ ਆ ਨੋਨ ਨਹੀਂ ਲਾ ਸਕਦਾ ਸੁਸਤਾ ਫਾਲਸੋ ਕਹਿੰਦੇ ਜੇ ਸ਼ਹਿਰਾਂ ਦੇ ਬਾਹਰ ਇੰਪੋਸੀਬਲ ਹੈ ਗੱਡੀ ਖੜੀ ਕਰਨੀ ਕਰੀ ਜਾਤਾ ਦੇ ਬਾਹਰ ਅਤੇ ਡਰਾਈਵਰ ਗੱਡੀ ਲਾ ਹੀ ਨਹੀਂ ਸਕਦਾ ਫਾਲਸੋ ਲਾ ਸਕਦਾ ਆ ਬਸ ਕੀ ਕਰਨਾ ਆ ਕਿ ਤੁਸੀਂ ਪੀਓ ਵਿੱਚ ਇਹਨੋਂ ਦਸਤਰਾ ਵੱਲ ਨੂੰ ਹੋਣਾ ਆ ਗੱਡੀ ਖੜੀ ਤੁਸੀਂ ਕਰ ਸਕਦੇ ਆ ਠੀਕ ਆ ਇਸ ਲਈ ਹੋ ਜਾਂਦਾ ਇਹ ਫਾਲਸੋ ਨੈਕਸਟ ਆ ਜਾਓ ਇਹਦਾ ਹੀ ਦੂਸਰਾ ਪਾਰਟ ਆ ਹਾਂਜੀ ਸੇਮ ਹੀ ਹੈ ਵੀ ਦੂਸਰਾ ਪਾਰਟ ਆ ਉਹਦਾ ਫਸਟ ਸੰਬੰਧ 'ਤੇ ਆ ਜਾਓ El estrado urbano San Zónico marcha susta con santita, aunque luego margine sinistro de la carellata, perché rimanga un espacio suficiente tránsito al menos de una fila de vehículos. Te han dicho una cabeza de galaya, ¿tiga? Piché para ver mata susta lluvia, para pasar de jata para allá, lekin une toda diferente cabeza de galoría. ਸਤਰਾਦਾ ਸੜਕ ਰੁਬਾਨੀ ਆ ਰੁਬਾਨੀ ਮੀਨਸ ਪਿੰਡਾਂ ਵਾਲੀ ਸੜਕ ਆ ਸੈਨਸੋਨਿਕੋ ਆ ਮਤਲਬ ਇੱਕ ਸਾਈਡ ਨੂੰ ਗੱਡੀਆਂ ਜਾ ਰਹੀਆਂ ਆ ਸੁਸਤਾ ਦੀ ਕਹਿੰਦੀ ਕੌਨਸੰਤੀਤਾ ਇਜਾਜ਼ਤ ਆ ਅੰਕੇ ਲੂਗੋ ਮਾਜੀ ਨੇ ਸਨਿਸਤਰਾ ਸਨਿਸਤਰਾ ਖੱਬੇ ਹੱਥ ਵੱਲ ਵੀ ਕਰੀ ਜਾਤਾ ਦੇ ਪਿਰਕੇ ਪਰ ਕਹਿੰਦੀ ਨਹੀਂ ਮੰਗਾ ਛੱਡਣਾ ਪੈਣਾ ਸਪਾਸੀਓ ਇੱਕ ਸਪੇਸ ਜਿਹੜਾ ਸਫੀਸੈਂਟ ਹੋਵੇ ਕਾਫੀ ਹੋਵੇ ਤਰਾਂਸੀਤੋ ਕਰਨ ਲਈ ਅਲਮੀਨੋ ਦੀ ਉਹਨਾਂ ਫੀਲਾਂ ਦੀ ਵਿਕਲੀ ਗੱਡੀਆਂ ਦੀ ਲਾਈਨ ਨੂੰ ਨਿਕਲਣ ਦੀ ਸਫੀਸੈਂਟ ਕਹਿੰਦੇ ਜਿਹੜੀ ਆ ਸਪੇਸ ਹੋਣੀ ਚਾਹੀਦੀ ਆ ਅਤੇ ਤੁਸੀਂ ਖੱਬੇ ਹੱਥ ਵੀ ਖੱਡੀ ਖੜੀ ਕਰ ਸਕਦੇ ਆ ਸੈਨਸੋਨਿਕੋ ਵਿੱਚ ਠੀਕ ਆ ਵੀਰੋ ਦੂਸਰੇ ਮੰਦੇ 'ਤੇ ਆ ਜਾਓ ਨੈਲਾ ਸਤਰਾ ਦੁਰਬਾਨਾ ਸੈਨਸੋਨਿਕੋ ਦੀ ਮਾਰਚਾ ਸੁਸਤਾ ਕੁਨਸੰਤੀਤਾ ਅੰਕੇ ਲੂਗੋ ਇਨ ਮਾਰਜੀ ਨੇ ਸਿੰਧ ਇਸ ਤਰ੍ਹਾਂ ਕਰੀ ਜਾਤਾ ਫਿਰ ਕੇ ਮੰਗੋ ਨਸ ਪਾਸੇ ਉਹਨਾਂ ਨੇ ਇਨਫੀਓਰੀ 3 ਮੈਤਰੀ ਦੀ ਲੜ ਗਿਆ ਸਤਰਾਂਸੀਟੋ ਦੀ ਵੀਕਲੀ ਸੜਕ ਰੁਬਾਨੇ ਆ ਸੈਨਸੋਨਿਕੋ ਦੀ ਮਾਰਚ ਆਇਆ ਸੁਸਤੀ ਦੀ ਕਹਿੰਦੀ ਇਜਾਜ਼ਤ ਆ ਮਾਰਜੀ ਨੇ ਸਨਿਸਤਰਾ ਵੱਲ ਨੂੰ ਖੱਬੇ ਵੱਲ ਨੂੰ ਇਜਾਜ਼ਤ ਆ ਪਰ ਕਹਿੰਦੀ ਨਹੀਂ ਮੰਗਾ ਛੱਡਣਾ ਪੈਣਾ ਸਪਾਸੀਓ ਸਪੇਸ ਨੋਨ ਨਾ ਘੱਟ ਹੋਵੇ 3 ਮੀਟਰ ਤੋਂ ਚੌੜਾਈ ਜਿਹੜੀ ਆ ਤਰਾਂਸੀਤੋ ਦੀ ਵਿਕਲੀ ਮਤਲਬ ਕਿ ਤੁਸੀਂ ਖੱਬੇ ਹੱਥ ਗੱਡੀ ਖੜੀ ਕਰ ਲਈ ਆ ਹੈ ਨਾ ਪਹਿਲੇ ਦਮਾਂਦੇ 'ਚ ਲਿਖਿਆ ਕਿ ਸਫੀਸੈਂਟ ਜਿਹੜਾ ਆ ਸਫੀਸੈਂਟ ਆ ਸਪੇਸ ਹੋਣਾ ਚਾਹੀਦਾ ਤਾਂ ਕਿ ਬਾਕੀ ਗੱਡੀਆਂ ਨਿਕਲ ਸਕਣ ਲਾਈਨ 'ਚ ਠੀਕ ਆ ਦੂਸਰੇ ਦਮਾਂ ਦੇ ਵਿੱਚ ਉਹਨਾਂ ਨੇ ਸਪੇਸ ਦੱਸਤੀ ਆ ਕਿੰਨੀ ਹੋਣੀ ਚਾਹੀਦੀ ਆ ਨਾ ਘੱਟ ਹੋਵੇ ਨੋਨ ਇਨਫਰੀਓਰੇ 3 ਮੀਟਰੀ 3 ਮੀਟਰ ਤੋਂ ਘੱਟ ਨਾ ਹੋਵੇ ਚੌੜਾਈ ਜਿਹੜੀ ਗੱਡੀਆਂ ਦੀ ਉੱਥੋਂ ਨਿਕਲਦੀ ਆ ਮਤਲਬ ਕਿ 3 ਮੀਟਰ ਤੋਂ ਘੱਟ ਨਾ ਹੋਵੇ ਠੀਕ ਆ ਇਸ ਹਿਸਾਬ ਨਾਲ ਤੁਸੀਂ ਗੱਡੀ ਖੜੀ ਕਰਨੀ ਆ ਜੇ ਤੁਸੀਂ ਖੱਬੇ ਹੱਥ ਗੱਡੀ ਖੜੀ ਕਰਨੀ ਆ ਕਿ ਜਿਹੜੀ ਬਾਕੀਆਂ ਗੱਡੀਆਂ ਉਹਨਾਂ ਨੂੰ ਕੋਈ ਰੁਕਾਵਟ ਨਾ ਹੋਵੇ ਉਹ ਆਸਾਨੀ ਨਾਲ ਨਿਕਲ ਸਕਣ ਠੀਕ ਆ ਇੰਨਾ ਸਪੇਸ ਹੋਵੇ ਤਾਂ ਸਪੇਸ ਕਿੰਨਾ ਕਿਹਾ ਉਹਨਾਂ ਨੇ 3 ਮੀਟਰ ਤੋਂ ਘੱਟ ਨਾ ਹੋਵੇ ਸਪੇਸ ਠੀਕ ਆ 3 ਮੀਟਰ ਤੱਕ ਖੜੀ ਕਰ ਸਕਦੇ 3 ਮੀਟਰ ਤੋਂ ਥੱਲੇ ਨਹੀਂ ਖੜੀ ਕਰ ਸਕਦੇ ਠੀਕ ਆ ਵੀਰੋ ਨੈਕਸਟ ਆ ਜਾਓ ਤੁਸੀਂ ਤੀਸਰੇ ਦਮਾਂਦੇ 'ਤੇ ਨੈਲੇ ਜੋਨਾ ਪ੍ਰਦਿਸਪੋਸਤੇ ਪਹਿਲਾਂ ਸੁਸਤਾ ਕੁੰਦੋ ਜਾਂਦੇ ਦੇਵੇ ਕੋਲੋ ਕਾਰੀ ਵਿਕਲੀ ਨਲ ਮੂਦੋ ਪ੍ਰਸਕ੍ਰਿਤੋ ਦਹਿਲਾ ਸਿਗਨਾਲਾਤੀਕਾ ਜੋਨਾ ਜਿਹੜਾ ਆ ਤਿਆਰ ਕੀਤਾ ਗਿਆ ਆ ਪ੍ਰਦਿਸਪੋਸਤੇ ਹੁੰਦਾ ਇੱਕ ਜੋਨਾ ਜਿਹੜਾ ਸੁਸਤੇ ਲਈ ਤਿਆਰ ਕੀਤਾ ਗਿਆ ਆ ਕੁੰਦੋ ਜਾਂਦੇ ਜਿਹੜਾ ਡਰਾਈਵਰ ਆ ਕੋਲੋ ਕਾਰੀ ਗੱਡੀ ਖੜੀ ਕਰ ਸਕਦਾ ਆ ਪ੍ਰਸਕ੍ਰਿਤੋ ਦਹਿਲਾ ਸਿਗਨਾਲਾਤੀਕਾ ਜਿਹੜੇ ਸਿਗਨਲ ਦਿੱਤੇ ਹੋਏ ਆ ਨਾ ਉਸ ਹਿਸਾਬ ਨਾਲ ਵੀ ਉਹ ਗੱਡੀ ਖੜੀ ਕਰ ਸਕਦਾ ਆ ਜੋਨਾ ਜਿਹੜਾ ਸੁਸਤੇ ਲਈ ਤਿਆਰ ਕੀਤਾ ਗਿਆ ਕਿਹੜਾ ਜੋਨਾ ਹੁੰਦਾ ਆ ਜਿੱਥੇ ਨਾ ਲਾਈਨਸ ਬਣਾ ਦਿੱਤੀਆਂ ਗਈਆਂ ਹੁੰਦੀਆਂ ਮੀਨਸ ਡੱਬੇ ਬਣਾ ਦਿੱਤੇ ਹੁੰਦੇ ਕਿ ਇਸ ਡੱਬੇ ਵਿੱਚ ਤੁਸੀਂ ਆਪਣੀ ਗੱਡੀ ਖੜੀ ਕਰ ਸਕਦੇ ਹੋ ਠੀਕ ਆ ਵੇਰੋ ਸਾਰੇ ਨਹੀਂ ਬਣੇ ਹੁੰਦੇ ਕੁਛ ਜੋਨੇ ਐਸੇ ਹੁੰਦੇ ਆ ਕੁਛ ਏਰੀਏ ਐਸੇ ਹੁੰਦੇ ਆ ਜਿੱਥੇ ਹੁਣ ਤੁਸੀਂ ਦੇਖੋ ਕਿ ਜਦੋਂ ਤੁਸੀਂ ਮਾਰਕੀਟ ਜਾਂਦੇ ਆ ਆਈ ਮੀਨ ਜਦੋਂ ਤੁਸੀਂ ਆਪਣਾ ਸਮਾਨ ਖਰੀਦਣ ਜਾਂਦੇ ਆ ਮਾਰਕੀਟਾਂ ਵੱਲ ਹੈ ਨਾ ਉੱਥੇ ਇਹ ਤੁਹਾਨੂੰ ਡੱਬੇ ਮਿਲਣਗੇ ਹੀ ਮਿਲਣਗੇ ਉੱਥੇ ਉਹਨਾਂ ਨੇ ਡੱਬੇ ਬਣਾਏ ਹੀ ਬਣਾਏ ਹੁੰਦੇ ਆ ਉਹ ਲੋਕ ਆਪਣੇ ਉਹਨਾਂ ਡੱਬਿਆਂ ਵਿੱਚ ਹੀ ਸੁਸਤਾ ਕਰਦੇ ਆ ਗੱਡੀਆਂ ਠੀਕ ਆ ਅਤੇ ਜਿੱਦਾਂ ਹੁਣ ਤੁਸੀਂ ਸੜਕ 'ਤੇ ਕਿਤੇ ਆਮ ਦੇਖ ਲਓ ਉੱਥੇ ਨਹੀਂ ਵੀ ਹੁੰਦੇ ਡੱਬੇ ਇਸ ਲਈ ਉਹਨਾਂ ਨੇ ਤਾਂ ਕਿਹਾ ਕਿ ਜਿਹੜੇ ਜੋਨੇ ਤਿਆਰ ਕੀਤੇ ਗਏ ਆ ਉੱਥੇ ਵੀ ਤੁਸੀਂ ਜੋ ਵੀ ਸਿਗਨਲ ਉਸ ਹਿਸਾਬ ਨਾਲ ਗੱਡੀ ਲਾਉਣੀ ਆ ਵੀਰੋ ਚੌਥੀ ਤਿਆਰ ਜੋ ਨੈਲੀ ਜੋਨਾ ਨੈਲੀ ਕੋਲੀ ਸਪਾਸੀ ਦੀ ਸੁਸਤਾ ਸੋਨੋ ਦਲੀਮੀ ਤਾਤੀ ਦਾ ਸਿਗਨਲ ਆਤੀ ਕਾ ਓਰੀਜ਼ੋਨਟਾਲੀ ਕੁੰਦੋ ਜਾਂਦੇ ਦੇਵੇ ਸੈਂਪਰੇ ਸਿਸਤੇ ਮਾਰੇ ਪ੍ਰੋਪਰੀਓ ਵੀਕੁਲੀ ਅੰਤਰ ਉਹਨਾਂ ਲਈ
Appositi spazi stali senza invadere quelli contigui. Quindi che zona jada ya spazi di sosta jada sosta le banaya ga zona jada ya delimitati signalati ka jede signal orizzontali jede sadak te signal bane hunde ya na. ड्राइवर देवे सैंपरे हमेशा केंद्र सिस्टम आ रहे सिस्टम करके सही ढंग ना प्रोपरियो व्हीकल अपनी गड्डी नू सही ढंग ना एंत्रो अपोस्टोस पासी स्थाली केंद्र की सही ढंग ना अपनी गड्डी नू थे एंटर करके अपोस्टी जेडे सिग्नल देते हैं ना और उते सही ढंग ना गड्डी लगावे सेंसाई वादरे कोयले कौनती गई बिना मतलब इन वादरे मीन्स बाहर निकले हुए मतलब दूजी साइड वालों दूजे डब्बे विच बिना जाए हुए तुसी अपने जेड़ा डब्बा था डब्बनिया आ सिस्टम नाल उते गड्डी लगानी है ते अपने डब्बे दे अंदर ही लगानी है बिना दूजे डब्बे दे विच बड़े ठीक है इफ तुम दस दनी आ तुसी देख लियो भावें जो भी तुसी कि मार्केट विच जाओगे अपने है ना कुछ भी समान खरीदन उते जरूर देखियो डब्बे बने होंगे लाइनस लगिया होनी है ना तो देखियो गड्डिया उन्हें लाइन डब्बिया ही खड़िया होनी लाइक जिदा आ डब्बा बनया हुआ है ना देख लियो भावें तुसी थ्यूरी किसी वेले होंगे ना थ्यूरी याद भूल जाती प्रैक्टिकल देखियो जाके तुसी बॉक्सेस बने होंगे गड्डी आ हाँ गड्डी ने इत्थे अपनी गड्डी इत्थे लगानी है ठीक है और ये जिहड़ी पहले नंबर वाली गड्डी आ इहदे विच ही रखियो अपनी गड्डी बाहर ना निकले आ दूजे नंबर वाली गड्डी आ उन्हें इहदे विच ही लगानी है तीजे नंबर वाली गड्डी आ उन्हें इहदे विच ही लगानी है चौथे नंबर वाली गड्डी इहदे विच ही लगानी है ठीक है मतलब कि इन्हां दियां गड्डियां इन्हां डब्बियां दे विच ही रहन डब्बियां तो बाहर ना जाण अगर दूजी वाली गड्डी अद्धी दूजे नंबर से खड़ी है तो अद्धी तीजे नंबर से आ गई वो फिर डिफिकल्टी होएगी है ना बाकियां नूं भी तो इसलिए कहिंदे कि इहनूं सिस्टम करके लगाउणी अपनी गड्डी नूं सी ठीक है नैक्सट आ जाओ फिफ्थ नंबर ते Nelle strade urbane senza un unico di marcia la sosta sempre consentita anche il luogo di margine sulle strade della carreggiata strada urbane means pinda vecchia senza un unico di marcia sosta quindi sempre hamisha consentita isadate anche il luogo di margine sinistra della carreggiata hamisha pa khabbe hath wal quindi sinistra wal nu sosta la sakde ha hamisha karke ho gaya sempre karke ho gaya falso theek hai उन्होंने किते ए नहीं कहा कि आप जिहड़ी सेंसोनिको मार्चा आ उरबानी सड़क आ सेंसोनिको की मार्चा उत्थे आप हमेशा ही गड्डी ला सकते हैं सैंपरे करके हो जाता फालसू क्योंकि खब्बे हाथ आप गड्डी लाओ लगा सकते हैं बट उत्थे सुफिशेंट सफिशेंट जिहड़ा तुहाडा स्पेस होना चाहिए आ ते स्पेस 3 मीटर तो घट ना हो ठीक है रूल रेगुलेशन हैगियां आ वह सानू मननिया पैनिया आ बट इन्होंने कहा था तुसी हमेशा ही ला सकते हैं इसलिए हो जाता है फालसू नैक्सट आ जो सिक्स्थ मंथ ते इवे तातो सस्ता रिया तो वीकली मुतो चिकली चेंद्री ए बिताती कौन दोनों ने सिस्ता नू अपोजिट स्त्रीशे मना ही लगी हुई सोचता कारण दी गड्डी नू ते मोटरसाइकिल नू चेंद्री ए बिताती शहरां दे अंदर कौन दो जदों नू ने सिस्ता नू नहीं हैगी उत्थे अपोजिट स्त्रीशे ਜਿਹੜੇ ਸਪੈਸ਼ਲ ਸਟੇਜ 'ਤੇ ਬਣੇ ਹੋਏ ਆ ਜੇ ਉਹ ਨਹੀਂ ਹੈਗੇ ਤਾਂ ਗੱਡੀ ਖੜੀ ਨਹੀਂ ਕਰ ਸਕਦੇ ਫਾਲਸੂ ਇਹ ਜਿਹੜੀ ਸਤ੍ਰੀਸ਼ੇ ਬਣੀ ਹੋਣੀ ਮੈਂ ਤੁਹਾਨੂੰ ਡਰਾਇੰਗ ਬਣਾ ਕੇ ਦੱਸੀ ਆ ਡੱਬੇ 'ਚ ਇਹ ਤੁਹਾਨੂੰ ਮੈਂ ਪਹਿਲੇ ਕਿਹਾ ਸਾਰੇ ਨਹੀਂ ਹੁੰਦੇ ਸਾਰੇ ਪਾਸੇ ਨਹੀਂ ਹੁੰਦੇ ਕੁਛ ਜਗ੍ਹਾ 'ਤੇ ਹੁੰਦੇ ਆ ਕਿਤੇ ਨਹੀਂ ਹੁੰਦੇ ਹੁਣ ਆਪਣੀ ਬਿਲਡਿੰਗਸ ਦੇ ਬਾਹਰ ਦੇਖ ਲਓ ਡੱਬੇ ਤੁਹਾਨੂੰ ਨਹੀਂ ਮਿਲਣਗੇ ਲੇਕਿਨ ਸੋਸ 'ਤੇ ਗੱਡੀਆਂ ਫਿਰ ਵੀ ਖੜੀਆਂ ਉੱਥੇ ਹੈ ਨਾ ਇਸ ਲਈ ਇਸ ਦਮੰਦ 'ਚ ਕਿਹਾ ਕਿ ਮਨਾ ਹੀ ਲੱਗੀ ਸੋਸਤਾ ਕਹਿੰਦੀ ਜੇ ਉਹ ਸਤ੍ਰੀਸ਼ੇ ਨਹੀਂ ਹੈਗੇ ਫਾਲਸੂ ਠੀਕ ਆ ਜੇ ਉਹ ਸਤ੍ਰੀਸ਼ੇ ਹੈਗੇ ਆ ਤਾਂ ਉਹਨਾਂ ਦੇ ਅੰਦਰ ਗੱਡੀ ਖੜੀ ਕਰੋ ਬਾਹਰ ਨਹੀਂ ਨਿਕਲਣਾ ਜੇ ਨਹੀਂ ਹੈਗੇ ਤਾਂ ਤੁਸੀਂ ਗੱਡੀ ਖੜੀ ਕਰ ਸਕਦੇ ਆ ਕੋਈ ਮਨਾ ਹੀ ਨਹੀਂ ਲੱਗੇ ਸੱਤਵੀਂ ਦਿਆਜੋ ਨੇ ਲਈ ਜ਼ੋਨਾ ਨੇ ਲਈ ਕੋਈ ਲਿਤੀ ਸਪਾਸੀ ਸੋਸਤਾ ਸੋਨਾ ਦੇ ਲਈ ਮਿਤਾਤੀ ਸਿਗਨਲ ਆਤੀ ਕਾ ਓਰੀਜ਼ੋਂਟਾ ਲਈ ਕੰਦ ਜਾਂਦੇ ਪਈ ਸਿਸਤੇ ਮਾਰੇ ਪ੍ਰੋਪਰੀਓ ਵੀਕਲੀ ਅੰਕੇ ਫੋਰੀ ਦੇ ਲਾਪੋਜ਼ਿਟੋ ਸਪਾਸੀਓ ਸਟਾਈਲ ਇਹ ਜੋ ਦਸਤੀ ਨਾ ਤੋ ਕੰਡੀਸ਼ਨ ਸੋਸਤਾ ਸੀ ਬ੍ਰੇਵੀ ਸੀਮਾ ਦੁਰਾਤਾ
ਧਿਆਨ ਨਾਲ ਮੰਦਾ ਦੇਖਿਓ ਜੋਨਾ ਆ ਜਿਹੜਾ ਸੋਸਤੇ ਦਾ ਜੋਨਾ ਤਿਆਰ ਕੀਤਾ ਗਿਆ ਆ ਮਤਲਬ ਕਿ ਜਿੱਥੇ ਲਾਈਨਸ ਬਣੀਆਂ ਹੋਈਆਂ ਡੱਬੇ ਬਣੇ ਹੋਏ ਆ ਦਲਿਮਿਤਾਤੀ ਸਿਗਨਲਾਤੀ ਕੇ ਓਰੀਜ਼ੋਨਟਾਲੀ ਕੋਂਡੂਜੈਂਟੇ ਜਿਹੜਾ ਕਹਿੰਦੇ ਡਰਾਈਵਰ ਆ ਸਿਸਤੇਮਾਰੇ ਪ੍ਰੋਪਰੀਓ ਵਹੀਕਲੋ ਸਿਸਟਮ ਕਰਕੇ ਆਪਣੀ ਗੱਡੀ ਖੜੀ ਕਰ ਸਕਦਾ ਆ ਫੋਰੀ ਦਲ ਅਪੋਜ਼ਿਟੋਸ ਪਾਸਿਓ ਫੋਰੀ ਬਾਹਰ ਅਪੋਜ਼ਿਟੋਸ ਪਾਸਿਓ ਜਿਹੜੇ ਡੱਬੇ ਬਣੇ ਹੈ ਉੱਤੋਂ ਫੋਰੀ ਉੱਤੋਂ ਬਾਹਰ ਗੱਡੀ ਖੜੀ ਕਰ ਸਕਦਾ ਆ ਇਸੋ ਦਸਤੀਨਾਤੋ ਕੰਡੀਸੀਓਨ ਏ ਸੋਸਤਾ ਸੀ ਆ ਬਰੇਵੀਸੀਮਾ ਦੁਰਾਤੇ ਕੰਡੀਸ਼ਨ ਵਿੱਚ ਜਿਹੜੀ ਸੋਸਤਾ ਤੁਸੀਂ ਜੇ ਲਾਉਣਾ ਬਰੇਵੀਸੀਮਾ ਦੁਰਾਤੇ ਥੋੜ੍ਹੇ ਟਾਈਮ ਲਈ ਫੋਰੀ ਕਰਕੇ ਦਮਾਂਦਾ ਹੋ ਗਿਆ ਫਾਲਸੂ ਕਹਿੰਦੇ ਕਿ ਤੁਸੀਂ ਜਿਹੜੇ ਬੋਕਸ ਬਣੇ ਆ ਸਿਗਨਲ ਬਣੇ ਉੱਤੋਂ ਬਾਹਰ ਫੋਰੀ ਵੀ ਤੁਸੀਂ ਲਾ ਸਕਦੇ ਜੇ ਤੁਸੀਂ ਥੋੜ੍ਹੇ ਟਾਈਮ ਲਈ ਸੋਸਤਾ ਕਰਨਾ ਅਤੇ ਉਹ ਡੱਬਿਆਂ ਤੋਂ ਤੁਸੀਂ ਬਾਹਰ ਨਿਕਲ ਗਏ ਥੋੜ੍ਹਾ ਜਿਹਾ ਬਾਹਰ ਵੀ ਨਿਕਲ ਗਏ ਤਾਂ ਤੁਸੀਂ ਸੋਸਤਾ ਲਾ ਸਕਦੇ ਫਾਲਸੋ ਫਾਲਸੋ ਨਹੀਂ ਤੁਹਾਨੂੰ ਜੋ ਡਰਾਇੰਗ ਬਣਾਈ ਆ ਡੱਬੇ ਬਣੇ ਉਹਦੇ ਵਿੱਚ ਹੀ ਗੱਡੀ ਲਾਉਣੀ ਆ ਬਾਹਰ ਨਹੀਂ ਲਗਾਉਣੀ ਠੀਕ ਆ ਅੱਠਵੇਂ 'ਤੇ ਆ ਜਾਓ ਇਨੂਨਾ ਜੋਨਾ ਕੋਈ ਸੋਸਤਾ ਰੈਗੂਲਾਤਾ ਕੋਨ ਪਾਰਕੇ ਮਿੱਤਰੋ ਨੋ ਨਾ ਕੋਰ ਉਤਲੀਜ਼ਾਰੋ ਸੋਸਤਾ ਇਹਦੀ ਬਰੇਵੇ ਤੁਰਾਤਾ ਜੋਨਾ ਜਿਹੜਾ ਆ ਸੋਸਤੇ ਦਾ ਰੈਗੂਲਾਤਾ ਜਿਹੜਾ ਰੈਗੂਲਰ ਆ ਪਾਰਕੇ ਮਿੱਤਰੋ ਜਿੱਥੇ ਮੀਟਰ ਲੱਗੇ ਹੁੰਦੇ ਆ ਤੁਹਾਨੂੰ ਪਤਾ ਹੀ ਹੋਣਾ ਕਈ ਪਾਰਕਿੰਗ ਇੱਦਾਂ ਦੀਆਂ ਜਿੱਥੇ ਮੀਟਰ ਲੱਗਿਆ ਹੈ ਨਾ ਜਿੱਥੇ ਆਪਾਂ ਪਰਚੀ ਕੱਢਦੇ ਹਾਂ ਪੈਸੇ ਲੱਗਦੇ ਜਿੱਥੇ ਨੋ ਨੋ ਕੋਰ ਉਤਲੀਜ਼ਾਰੇ ਨਹੀਂ ਆਪਾਂ ਉਹਨੂੰ ਯੂਜ਼ ਕਰ ਸਕਦੇ ਸੋਸਤਾ ਜੇ ਬਰੇਵੀ ਦੁਰਾਤਾ ਜੇ ਆਪਾਂ ਥੋੜ੍ਹੇ ਟਾਈਮ ਦਾ ਸੋਸਤਾ ਕਰਨਾ ਤਾਂ ਉਹਨੂੰ ਫਿਰ ਆਪਾਂ ਨਹੀਂ ਯੂਜ਼ ਕਰ ਸਕਦੇ ਫਾਲਸੋ ਜਿੱਥੇ ਪਾਰਕੀ ਮਿੱਤਰੋ ਆ ਨਾ ਜਿੱਥੇ ਉਹ ਮੀਟਰ ਜਿਹਾ ਲੱਗਾ ਆ ਉੱਥੇ ਭਾਵੇਂ ਤੁਸੀਂ ਸੋਸਤਾ ਥੋੜ੍ਹੇ ਟਾਈਮ ਦਾ ਕਰੋ ਭਾਵੇਂ ਲੰਬੇ ਟਾਈਮ ਦਾ ਕਰੋ ਉਹਦੀ ਤੁਸੀਂ ਵਰਤੋਂ ਕਰਨੀ ਆ ਪਾਰਕੀ ਮਿੱਤਰੋ ਦੀ ਠੀਕ ਹੈ ਉਹ 'ਚੋਂ ਤੁਸੀਂ ਪਰਚੀ ਕੱਢਣੀ ਆ ਪੈਸੇ ਪਾ ਕੇ ਪਰਚੀ ਕੱਢਣੀ ਆ ਠੀਕ ਆ ਕਿਉਂਕਿ ਸੋਸਤਾ ਇੱਦਾਂ ਆ ਕਈ ਤਾਂ ਫਰੀ ਆ ਫਰੀ ਹੁੰਦੇ ਹੈ ਨਾ ਬਟ ਕਈ ਇੱਦਾਂ ਦੇ ਸੋਸਤੇ ਆ ਜਿੱਥੇ ਮੀਟਰ ਲੱਗਾ ਹੁੰਦਾ ਉੱਥੇ ਤੁਹਾਨੂੰ ਪੈਸੇ ਪੇ ਕਰਨੇ ਪੈਂਦੇ ਆ ਠੀਕ ਆ ਬਟ ਇਸ ਜ਼ਮਾਨੇ 'ਚ ਕਿਹਾ ਕਿ ਜੇ ਤੁਸੀਂ ਥੋੜ੍ਹੇ ਟਾਈਮ ਲਈ ਸੋਸਤਾ ਲਾਉਣਾ ਤਾਂ ਉਹਦੀ ਵਰਤੋਂ ਨਾ ਕਰੋ ਪਾਰਕੀ ਮਿੱਤਰੋ ਦੀ ਜਿਹੜਾ ਮੀਟਰ ਆ ਫਾਲਸੋ ਅਗਰ ਤੁਸੀਂ ਉਹਦੀ ਵਰਤੋਂ ਨਹੀਂ ਕਰੋਗੇ ਅਤੇ ਅਗਰ ਉੱਥੇ ਕੋਈ ਪੁਲਿਸ ਆ ਜਾਵੇ ਤਾਂ ਤੁਹਾਨੂੰ ਜੁਰਮਾਨਾ ਹੋ ਸਕਦਾ ਭਾਵੇਂ ਥੋੜ੍ਹੇ ਟਾਈਮ ਲਈ ਸੋਸਤਾ ਕਰੋ ਭਾਵੇਂ ਜ਼ਿਆਦਾ ਟਾਈਮ ਲਈ ਤੁਹਾਨੂੰ ਉਹਦੀ ਵਰਤੋਂ ਕਰਨੀ ਤੁਹਾਨੂੰ ਪੈਸੇ ਪੇ ਕਰਨੇ ਹੀ ਪੈਣੇ ਆ ਠੀਕ ਆ ਨੈਕਸਟ ਆ ਜਾਓ 692 'ਤੇ ਹਾਂਜੀ ਫਸਟ ਮੰਦੇ 'ਤੇ ਆ ਜਾਓ 692 ਆ ਦੌਰਾਂਤੇ ਲਾ ਸੋਸਤਾ ਪੋਤੋ ਨੂੰ ਕਿ ਕੌਂਦੋ ਜੈਂਤੇ ਅਸੀਓਨੀ ਇਲ ਫਰੇਨੋ ਦੀ ਸਤਾਸੀਓਨਾ ਮੈਂਤੇ ਇਨਸੇਰੀਸ਼ਾ ਇਲ ਰਾਪੋਰ ਤੋਂ ਪਿਓ ਬਾਸੋ ਤੈਲ ਕਾਂਬਿਓ ਦੀ ਵਿਨੋਚਿਤਾ ਦੌਰਾਂਤੇ ਦੌਰਾਨ ਸੋਸਤੇ ਦੇ ਪੋਤੋ ਨੂੰ ਸਹੀ ਰਹੇਗਾ ਕਿ ਜਿਹੜਾ ਡਰਾਈਵਰ ਹੈ ਅਸੀਓਨੀ ਮਤਲਬ ਪਾ ਦੇਵੇ ਫਰੇਨੋ ਦੀ ਸਤਾਸੀਓਨਾ ਮੈਂਤੋ ਫਰੇਨੋ ਦੀ ਸਤਾਸੀਓਨਾ ਮੈਂਤੋ ਹੁੰਦਾ ਫਰੇਨੋ ਮਾਨੋ ਜਿਹੜੀ ਹੈਂਡ ਬ੍ਰੇਕ ਆ ਐਨਸੇਰੀਸ਼ਾ ਰਾਪੋਰ ਦਾ ਪਿਓ ਬਾਸੋ ਅਤੇ ਜਿਹੜਾ ਪਿਓ ਬਾਸੋ ਜਿਹੜਾ ਸਭ ਤੋਂ ਛੋਟਾ ਕਾਂਬਿਓ ਜਿਹੜਾ ਗੇਅਰ ਹੁੰਦਾ ਆ ਸਭ ਤੋਂ ਛੋਟਾ ਮੀਨਸ ਪਹਿਲੇ ਨੰਬਰ ਵਾਲਾ ਹੀ ਹੁੰਦਾ ਸਭ ਤੋਂ ਛੋਟਾ ਹੈ ਨਾ ਅਤੇ ਉਹ ਵਾਲਾ ਗੇਅਰ ਪਾ ਦੇਵੇ ਵੀਰੋ ਮੀਨਸ ਕਹਿਣ ਦਾ ਮਤਲਬ ਹੈ ਕਿ ਤੁਸੀਂ ਹੁਣ ਗੱਡੀ ਸੋਸਤੇ ਚਲਾਉਣੀ ਆ ਠੀਕ ਆ ਤੁਹਾਡੇ ਅੱਗੇ ਜਾ ਕੇ ਵੀ ਕੰਮ ਆਊਗਾ ਇਹ ਵਾਲਾ ਜੋ ਤੁਹਾਨੂੰ ਕਹਿਣ ਲੱਗੀ ਗੱਲ ਜਦੋਂ ਤੁਸੀਂ ਗੱਡੀ ਸੋਸਤੇ ਚਲਾ ਕੇ ਤੁਸੀਂ ਗੱਡੀ 'ਚੋਂ ਬਾਹਰ ਨਿਕਲ ਕੇ ਕਿਤੇ ਦੂਰ ਜਾਣਾ ਹੈ ਨਾ ਜਦੋਂ ਤੁਸੀਂ ਗੱਡੀ ਲਾਉਣੀ ਆ ਸੋਸਤੇ ਵਿੱਚ ਹੈਂਡ ਬ੍ਰੇਕ ਤੁਸੀਂ ਪਹਿਲਾਂ ਲਗਾਉਣੀ ਆ ਮੀਨਸ ਕਿ ਹੈਂਡ ਬ੍ਰੇਕ ਚੁੱਕ ਦਿਉ ਠੀਕ ਆ ਉਸ ਤੋਂ ਬਾਅਦ ਜਿਹੜਾ ਤੁਸੀਂ ਗੇਅਰ ਆ ਪਹਿਲੇ ਨੰਬਰ 'ਤੇ ਗੇਅਰ ਕਰ ਦਿਉ ਠੀਕ ਆ ਵੀਰੋ ਦੂਸਰੇ ਮੰਦੇ 'ਤੇ ਆ ਜਾਓ ਤੁਹਾਨੂੰ ਇਹ ਹੁਣ ਗੱਲਾਂ ਬੋਰ ਲੱਗਦੀਆਂ ਹੋਣਗੀਆਂ ਹੈ ਨਾ ਬੋਰਿੰਗ ਜਿਹੀਆਂ ਗੱਲਾਂ ਆ ਬਟ ਇਹ ਜਿਹੜੀਆਂ ਹੁਣ ਗੱਲਾਂ ਆਈਆਂ ਨਾ ਜਦੋਂ ਤੁਸੀਂ ਥਿਊਰੀ ਪਾਸ ਕਰ ਲਈ ਜਦੋਂ ਤੁਸੀਂ ਗੱਡੀ ਚਲਾਉਣ ਲੱਗ ਪਏ ਉਹ ਗੱਲਾਂ ਉਸ ਵੇਲੇ ਕੰਮ ਆਉਣੀਆਂ ਠੀਕ ਆ ਅਤੇ ਤੁਹਾਡੇ ਦਿਮਾਗ ਵਿੱਚ ਇਹ ਗੱਲਾਂ ਵੀ ਫਿੱਟ ਹੋ ਜਾਣੀਆਂ ਕਿ ਤੁਸੀਂ ਜਦੋਂ ਸੋਸਤਾ ਕਰਨਾ ਆ ਫਰਮਾਤਾ ਕਰਨਾ ਆ ਉਦੋਂ ਹੈਂਡ ਬ੍ਰੇਕ ਯੂਜ਼ ਨਹੀਂ ਕਰਨੀ ਸੋਸਤੇ ਵਿੱਚ ਹੈਂਡ ਬ੍ਰੇਕ ਯੂਜ਼ ਕਰਨੀ ਆ ਹੈ ਨਾ ਉਦੋਂ ਤੁਹਾਨੂੰ ਜ਼ਿਆਦਾ ਪਤਾ ਲੱਗਣਾ ਇਹਨਾਂ ਗੱਲਾਂ ਦਾ ਹੁਣ ਤੁਹਾਨੂੰ ਥਿਊਰੀ ਆ ਤੁਹਾਨੂੰ ਇੱਕ ਲੈਕਚਰ ਜਿਹਾ ਲੱਗਦਾ ਹੋਣਾ ਬਟ ਗੱਲਾਂ ਜ਼ਰੂਰੀ ਆ ਤੁਹਾਡੇ ਅੱਗੇ ਪ੍ਰੈਕਟੀਕਲ ਵਿੱਚ ਇਹ ਦੂਸਰੇ ਦਿਮਾਂਦੇ 'ਤੇ ਆ ਜਾਓ ਦੌਰਾਂਤੇ ਲਾ ਸੋਸਤਾ ਕੋਂਡੋ ਜੈਂਤੇ ਦੋਤਾ ਰੇ ਅਕੋਜੀ ਮੈਂਤੀ ਆਤੀ ਗ੍ਰਾਂਤੀ ਰੇ ਇੰਬੋਬਿਲਤਾ ਦਲ ਵਹੀਕਲੋ ਇੰਡੀਪੈਂਡੈਂਟ ਮੈਂਤੇ ਗ੍ਰਾਦੋ ਦੀ ਪ੍ਰਦੈਂਸਾ ਦੇ ਲਾ ਸਤਰਾਦਾ
सोचते के दौरान कहते ड्राइवर जरा दो तारे परौने चाहिए गोजिन मेहनती कुछ ऐसे यतन कह लो कुछ ऐसे उन्हों नियम ज कुछ ऐसे काम करने चाहिए आ ग्रंथीरे जोड़े ग्रंटिड होन मीनस ग्रंटी वाले होन बोपिलता दल वीकलो गड्डी दे प्रति कुछ ऐसे मतलब सोचता जो उन्हें लाना आ कुछ ऐसे काम करने उन्होंने चाहिए आ ग्रंटी वाले होन जड़े इनकी पैंते मेहनते डिपेंड ना कर पर वह ग्रादो डिपेंडेंस अदरा सड़क के हालात से ना डिपेंड कर कहने का मतलब है कि जो गड्डी आप सुस्ता लानी आडे उत्ते डिपेंड आ कि तुसी इस हिसाब से काम करो गरंटी वाले काम करो कि जो तुसी गड्डी खड़ी करती है गड्डी अगे नू ना रिड़े ना पिछे नू रिड़े ठीक है ताडे उत्ते डिपेंड आ ये तुसी गरंटी वाले काम करके जाने कि तुसी गड्डी नू सुस्ता ला के चले या गड्डी नू पूरी तरह बंद करके जाना ठीक है केंद्र इंडिपेंडेंट मतलब डिपेंड ना करे सड़क पर यह ना हो कि तुम सड़क के हिसाब न गड्डी खड़ी कर दो तो ताड़ी गड्डी ज अगे रिड़ दे जा पिछे नू ठीक है सड़क के हिसाब ने नहीं अपने हिसाब न गड्डी सुस्ता चलानी बंद करके जानी है हैंड ब्रेक चुक के जानी है पहला गेयर पा के जाना ठीक है। हाँ जो तीसरे दिन मंदिर दौरान तेल सुस्त अस्तरा का फुरते पेंदेंसा पोतों को जानते सोनी प्लेन उसता सोना मेहनत इनसे रिश्का रिश्का रापोर्ता पियो बासो काबियो की विलोचिता लाशी भी कोली गौरी होती तेरे साथ तो वह सो मर चा पिए दे दौरान ते सोचते दे सड़क फूरते पेंदेंसा बो डूंगी सड़क आ पोतू ने कुंद जैनते जरा ड्राइवर है सियोनी सियोनी मीनस वरतो करे ज लगा दे फ्रेनो मानू जरा फ्रेनो उसता सियोना मेहनत होंगे जेडे हैंड ब्रेक आ रापोर्तो पियो बासो ते जिहड़ा सब तो छोटा बस हुंदा सब तो छोटा कांबियो दी विलोचिता जिहड़ा सब तो छोटा गेयर हुंदा आ लाशी इल वीकलो ते छड्ड देवे अपनी गड्डी रियो ते जिहड़े टायर आ ते साते वेरसो मार्चा पेदी वल नूं अपने टायर जिहड़े आ घुमा देवे ठीक है। सेम पहले तो मंदे वर्गा सेम तो बंदा आ कहिंदे कि तुसीं हुण इक ढलान ते आ मतलब नीचे नूं सड़क जा रही आ उत्थे तुसी गड्डी खड़ी करनी आ पहला तो हैंड ब्रेक नू चुको हैंड ब्रेक ठीक है जो आप गड्डी चलानी हुंदी आ उदों हैंड ब्रेक आप थले नू कर दिंदे ठीक है गड्डी चल पाती है जो गड्डी आप रोकनी हुंदी ते हैंड ब्रेक नू चुकना पैंदा है ठीक है वो चुक दो ते जिहड़ा तुहाडा गेयर है उहनू पियो बासो पा दो मीनस सब तो छोटा गेयर पा दो मीनस पहला ते जिहड़े अपने टायर आ उह उधर नू घुमा दो मार्चा पेदी वल नू ठीक है। चौथे दिया जो दौरान तेला सोचता कौन जानते दे वेला शारे वीकली को मतोरे स्पेन तो सोचते दौरान ड्राइवर अपनी गड्डी लाशारे खड़ी कर सकता मतोरे स्पेन तो मोटर नू बंद करके ठीक है। ये तो आप पिछे भी पढ़े कि सोचता भी जो मोटर बंद ही करनी होंगी आप चला नहीं सकते दौरान तेला सोचता कौन जानते लाशा वीकली सोस्तरा दसाली तो देवे अवेरे कुरा दरियरे कुआरता मार्चा सोचते के दौरान कहते जो ड्राइवर है लाशा अपनी गड्डी नू छड सकदा इस तरह दा साली ता चढ़ाई होवे मतलब सड़क जिहड़ी चढ़ाई वाली आ उत्ते गड्डी नू छड सकदा आ देवे वेरे कुरा दी इंसेरिए ते देवे उन्हू पाउणा पैणा आ क्वारता क्वारता चौथा मार्चा कहिंदे पा दो फालसो सब तो छोटा मार्चा पाउणा मार्चा मीनस गेयर जिहड़ा हुंदा चौथा गेयर नहीं पाउणा पहला गेयर पाउणा छोटा गेयर फालसो इन्होंने चौथा कहता इसलिए हो जाता फालसू छेवीं त्या जुदर तेला सोचता कौन दूजन ते पुजी सियोना रे कांबियो की विलोचिता तो वितोरा इनफोले सोचते के दौरान ड्राइवर जरा पुजी सियोना रे जी पोजिशन है कांबियो की विलोचिता जरा गेयर है तो वितोरा इनफोले तो वितोरा कहते फोले फोले हों कोई गेयर नहीं पाया ना पहला पाया ना दूजा ना तीजा ना चौथा फोले तो कहते कर दो गेयर न फालसू पहला गेयर पाउणा ठीक है पहले तो आ जाओ तो हैंड ब्रेक चुक दो पास तो आ जाओ तुम गड्डी सुस्ता लानी है गड्डी चो बाहर निकलना है की करना तुसी मोटर भी बंद कर दो हैंड ब्रेक चुक दो गेयर नू पहला पा दो पास तो ठीक है।
चलो ठीक है, हुण आपां नैक्सट वीडियो विच नैक्सट करदे आ। वीडियो फिर काफ़ी वड्डी बन जाती है, हुण रोज़ ही रोज़ वीडियो आऊगी, तो देख लिया करो वीडियो, जिहड़ी नहीं समझ आउंदी हुंदी पुछ लिया करो, ठीक है, मैसेज कर दिया करो। तो चलो ठीक है, सत श्री अकाल सारिआं नूं, प्लीज़ 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 वीडियो शेयर जरूर कर दिया करो, ठीक है, सत श्री अकाल सारिआं नूं।